ਉਹ ਗਾਣਾ ਕਿੱਥੇ ਚੱਲਦਾ? ਅਸਲੇ ਵਾਲਾ ਗਾਣਾ ਕਿਹੜੀ ਜਗ੍ਹਾ ਚੱਲਦਾ? ਟੈਲੀਵਿਜ਼ਨ ਤੇ। ਤੇ ਤੁਸੀਂ ਤਾਂ ਟੈਲੀਵਿਜ਼ਨ ਵਾਲੇ ਹੋ, ਫਿਰ ਤੁਸੀਂ ਬੰਦ ਕਰੋ ਉਹਨਾਂ ਨੂੰ ਚਲਾਉਂਦੇ ਕਿਉਂ? ਇਹ ਜ਼ਰੀਆ ਕੀ ਹੈ ਗਾਣਾ ਦਿਖਾਉਣ ਦਾ? ਯੂਟਿਊਬ, ਤੇ ਯੂਟਿਊਬ ਤਾਂ ਬਹੁਤ ਗੰਦ ਹੈ, ਫਿਰ ਯੂਟਿਊਬ ਬੈਨ ਕਿਉਂ ਨਹੀਂ ਕਰਾਉਂਦੇ? ਮੋਦੀ ਸਾਹਿਬ ਕਰ ਸਕਦੇ, ਮੈਨੂੰ ਲੱਗਦੀ ਹੈ ਵੀ ਕੈਨ ਡੂ ਐਨੀਥਿੰਗ, GST ਲਾ ਸਕਦੇ, ਟੀਕਾ ਹਟਾ ਵੀ ਕਰ ਸਕਦੇ। ਇਸ ਕਰਕੇ ਕੀ ਹੁੰਦਾ, ਸਾਰੇ ਸਲੋਗਨ ਬਣ ਗਿਆ। ਜਿੰਨੀਆਂ ਇਤਿਹਾਸਿਕ ਬੁੱਕਸ ਤਾਂ ਤੁਸੀਂ ਕਦੇ ਪੜ੍ਹਦੇ ਹੋ? ਉਹ ਕਾਮ ਨਾਲ ਭਰੀਆਂ ਹੋਈਆਂ ਫਿਰ ਬਹੁਤ ਕਿਤਾਬਾਂ ਤਾਂ, ਉਹਨਾਂ ਨੂੰ ਕਿਉਂ ਨਹੀਂ ਬੈਨ ਕਰਦੇ? ਸ਼ੋਲੇ ਫਿਲਮ ਬਣ ਗਈ ਸੀ, ਸ਼ੋਲੇ ਫਿਲਮ 'ਚ ਗੱਬਰ ਸਿੰਘ ਡਾਕੂ ਸੀ। ਕੀ ਗੱਬਰ ਸਿੰਘ ਨੂੰ ਦੇਖਣ ਸਭ ਤੋਂ ਵੱਧ ਫਿਲਮ ਉਹੀ ਚੱਲੀ ਹੈ ਸ਼ਾਇਦ, ਮੈਨੂੰ ਲੱਗਦਾ। ਕੀ ਗੱਬਰ ਸਿੰਘ ਨੂੰ ਦੇਖਣ ਤੋਂ ਬਾਅਦ ਬਹੁਤ ਲੋਕ ਡਾਕੂ ਬਣ ਗਏ ਸੀ? ਹਰ ਫਿਲਮ 'ਚ ਫਾਈਟ ਹੁੰਦੀ ਹੈ, ਹਰ ਫਿਲਮ 'ਚ ਇੱਕ ਵਿਲਨ ਹੁੰਦਾ, ਉਹ ਅਸੀਂ ਟਾਰਗੇਟ ਬਣ ਜਾਂਦੇ ਹਾਂ ਪੰਜਾਬ ਵਾਲੇ, ਕਿਉਂਕਿ ਜੇ ਕਿਸੇ ਨੇ ਛੇਤੀ ਮਸ਼ਹੂਰ ਹੋਣਾ ਤਾਂ ਗਾਉਣ ਵਾਲੀ ਲੱਤ ਖਿੱਚ ਲਓ, ਹੋਰ ਕਿਸੇ ਨਾਲ ਛੇਤੀ ਮਸ਼ਹੂਰ ਨਹੀਂ ਹੁੰਦਾ। ਹੁਣ ਬੰਬੇ ਤੋਂ ਜਿਹੜੀਆਂ ਫਿਲਮਾਂ ਬਣਦੀਆਂ ਉਹ ਵੀ ਸਾਡੇ ਇੱਥੇ ਚੱਲਦੀਆਂ, ਦਿੱਲੀ 'ਚ ਵੀ ਚੱਲਦੀਆਂ, ਉਹਨਾਂ ਬਾਰੇ ਕਦੇ ਰੌਲਾ ਹੀ ਨਹੀਂ ਪੈਂਦਾ ਵੀ ਕਿਉਂ ਨਹੀਂ ਬਹਿੰਦਾ। ਉਹਨਾਂ ਦੀ ਤਾਂ ਬਹੁਤ ਫਾਈਟ ਹੁੰਦੀ ਹੈ, ਇੱਕ ਬੰਦਾ 100 ਨੂੰ ਕੁੱਟ ਦਿੰਦਾ, ਗਾਣੇ 'ਚ ਤਾਂ ਇੱਕ ਇੱਕ ਨੂੰ ਹੀ ਕੁੱਟੂਗਾ ਨਾ, ਉਹ ਤਾਂ ਵੱਡਾ ਕੰਮ ਕਰ ਜਾਂਦਾ। ਕੋਈ ਕੁੱਡਣ ਵਾਲਾ ਵੀ ਹੁੰਦਾ ਕਈ ਵਾਰੀ ਉੱਡ, ਜੇ ਕੁੜੀ ਸਕਰਟ ਪਾਉਂਦੀ ਹੈ ਤਾਂ ਇਹ ਕੁੜੀ ਦੀ ਮਰਜ਼ੀ ਹੈ, ਬੰਦਾ ਕਿਉਂ ਡਿਸਾਈਡ ਕਰੂਗਾ ਵੀ ਕੁੜੀ ਨੇ ਸਕਰਟ ਪਾਈ ਹੈ? ਉਹ ਕੁੜੀ ਦੀ ਮਰਜ਼ੀ ਹੈ ਨਾ। ਜੇ ਕੁੜੀ ਦਾ ਸਕਰਟ ਪਾਉਣਾ ਲੱਚਰ ਹੈ ਤਾਂ ਬੰਦੇ ਦਾ ਬਰਮੁੰਡਾ ਪਾਉਣਾ ਕਿਉਂ ਨਹੀਂ ਲੱਚਰ? ਉਹ ਪਾ ਸਕਦਾ ਬਰਮੁੰਡਾ, ਉਹ ਜਿਮ 'ਚ ਫੋਟੋ ਵੀ ਖਿੱਚ ਸਕਦਾ, ਡੋਲੇ ਵਿਖਾ ਗਿਆ, ਕੁੜੀ ਛੱਤ 'ਤੇ ਨਹੀਂ ਚੜ੍ਹ ਸਕਦੀ। ਇਹ ਪੁਰਾਣੀਆਂ ਗੱਲਾਂ ਹੋ ਗਿਆ। ਦੇਖੋ ਜਿਹੜਾ ਅਧਿਕਾਰ ਆ ਕੁੜੀ ਅਤੇ ਮੁੰਡੇ ਨੂੰ ਬਰਾਬਰ ਹੈ।